ਕੀ ਹੈ ਇੱਕ ਦਰਵਾਜ਼ੇ ਦੇ ਆਕਾਰ ਵਿੱਚ ਫਿੱਟ ਕੀਤਾ ਹੋਇਆ ਮੈਟਲ ਡਿਟੈਕਟਰ ਆ
जो कि सानू बहुत सारे आले लभण विच मदद करदा है। जिस तरह कि कितने मॉल रैली जां होर बहुत सारे सरकारी बंदरगाह हुंदे ने जिथे कि दुश्मन दे आउण दा दिशा होवे जां इहो जिहे अपराधी लोग जो किसी ना किसी घटना नूं अंजाम देण दे लई किसी कोई वैपन जां गोला बरूद अपने नाल लैके आउंदे ने, ठीक है, उहनां दी तलाशी करन लई इस असीं इस दी इसदा इस्तेमाल करदे हां। जिस तरह शुरू कहिंदे ने पूरे गलती ना आ गई तो बहुत सारे इंडिकेटर चलते दिखाई दे ਪਿਆ ਉਸ ਤੋਂ ਪਤਾ ਲੱਗਦਾ ਹੈ ਵੀ ਇਸ ਵਿਅਕਤੀ ਕੋਲ ਕਿੰਨੀ ਮਾਤਰਾ ਦੇ ਵਿੱਚ ਕਿੰਨੀ ਵੱਡੀ ਚੀਜ਼ ਹੋ ਸਕਦੀ ਹੈ, ਠੀਕ ਹੈ। ਅਸੀਂ ਉਸ ਵਿਅਕਤੀ ਨੂੰ ਫਿਰ ਕੀ ਕਰਦੇ ਹਾਂ, ਫੜ ਲੈਂਦੇ ਹਾਂ, ਠੀਕ ਹੈ, ਉਹਦੀ ਤਲਾਸ਼ੀ ਲੈਂਦੇ ਹਾਂ। ਜੋ ਉਹਦੇ ਕੋਲ ਖਤਰਨਾਕ ਚੀਜ਼ ਹੈ ਜਾਂ ਕੋਈ ਨਕੀਲੀ ਚੀਜ਼ ਹੈ ਜੋ ਕਿ ਕਿਸੇ ਨੂੰ ਨੁਕਸਾਨ ਕਰ ਸਕਦਾ, ਠੀਕ ਹੈ, ਅਸੀਂ ਉਸ ਤੋਂ ਚੀਜ਼ ਬਰਾਮਦ ਕਰਦੇ ਹਾਂ। ਅਗਰ ਉਸ ਨੂੰ ਕਿਤੇ ਥਾਣੇ ਜਾਂ ਪੁਲਿਸ ਵਿੱਚ ਭੇਜਣਾ ਪਵੇ ਤਾਂ ਉਸ ਨੂੰ ਕੀ ਬੰਦੀ ਬਣਾ ਕੇ ਜਾਂ ਫੜ ਕੇ ਅਸੀਂ ਉੱਥੇ ਉਹਨੂੰ ਕੀ ਕਰਦੇ ਹਾਂ, ਪੁਲਿਸ ਦੇ ਹਵਾਲੇ ਕਰ ਦਿੰਦੇ, ਠੀਕ ਆ, ਸਮਝ ਆਇਆ। ਨੌ ਪੂਰਾ ਕੀ ਹੈ ਦਾ ਡੋਰ ਫ੍ਰੇਮ ਮੈਟਲ ਡਿਟੈਕਟਰ ਤੇ ਮੈਟਲ ਡਿਟੈਕਟਰ ਕੀ ਕਰਦਾ ਹੈ, ਇਹ ਤਲਾਸ਼ੀ ਲੈਣ ਲਈ ਵਰਤਿਆ ਜਾਂਦਾ ਹੈ। ਇਸ ਤਲਾਸ਼ੀ ਕੋਲ ਵੀ ਮੈਟਲ ਦੀ ਚੀਜ਼ ਵਾਪਸ ਹੋਵੋ ਉਸ ਇਲਾਕੇ ਵਿੱਚ ਲੈ ਕੇ ਆਉਂਦਾ ਜਿਸ ਇਲਾਕੇ ਵਿੱਚ ਉਹਨਾਂ ਦੀ ਚੀਜ਼ਾਂ ਦੀ ਆਉਣ ਦੀ ਮਨਾਹੀ ਹੁੰਦੀ ਹੈ, ਠੀਕ ਆ। ਫਿਰ ਅਸੀਂ ਕੀ ਹੈ ਇਸ ਤਰ੍ਹਾਂ ਇਸਤੇਮਾਲ ਕਰਦੇ ਇਸ ਵਿਅਕਤੀ ਨੂੰ ਫੜ ਦਿੰਦੇ ਹਾਂ। ਹੁਣ ਅਸੀਂ ਇਸ ਤਰ੍ਹਾਂ ਦਾ ਇਸ ਚੀਜ਼ ਦਾ ਅਭਿਆਸ ਕਰਾਂਗੇ ਕੀ ਪਹਿਚਾਣਾ ਸਾਨੂੰ ਕਿੱਥੇ ਕੀ ਚੀਜ਼ ਦਿਖਾਉਂਦਾ, ਕਲੀਅਰ। ਇਹ ਸਾਰੇ ਬੱਚੇ ਬਾਰੋ ਵਾਰੀ ਕਲੀਅਰ ਦੇ ਵਿੱਚ ਹੀ ਕਰਾਸ ਹੋਣਗੇ। ਜਿਸ ਬੱਚੇ ਕੋਲ ਕੋਈ ਚੀਜ਼ ਹੋਏਗੀ ਬੜੇਗੀ ਸਾਨੂੰ ਉਨਾ ਹੀ ਇੱਧਰ ਕੀ ਆਏ ਇੰਡੀਕੇਟਰ ਇਹਦੇ ਦੱਸ ਦੇਣਗੇ ਸਾਨੂੰ ਪਤਾ ਲੱਗੂਗਾ ਵੀ ਆ ਵੀ ਕਿੰਨੀ ਮਾਤਰਾ ਵਿੱਚ ਇਹ ਤੋਂ ਚੀਜ਼ ਹੈਗੀ ਹੈ, ਛੋਟੀ ਹੈ ਜਾਂ ਵੱਡੀ। ਇਸ ਵਾਸਤੇ ਜਗ੍ਹਾ ਦਿੱਤਾ ਹੌਲੀ ਹੌਲੀ ਹੁਣ ਕੀ ਆ ਇਸਨੇ ਇਹਨੂੰ ਕੀ ਹੈ ਪਹਿਚਾਣ ਲਿਆ ਵੀ ਇਹਦੇ ਕੋਲ ਕੁਛ ਨਾ ਕੋਈ ਚੀਜ਼ ਇਹ ਛੁਪਾਈ ਹੋਈ ਹੈਗੀ ਆ, ਠੀਕ ਆ। ਹੁਣ ਕੀ ਹੈ ਅਸੀਂ ਇਹਨੂੰ ਆਪਣੇ ਹੱਥਾਂ ਦੇ ਨਾਲ ਟੱਚ ਕਰਦੇ ਹਾਂ ਇਹਨੂੰ ਫਲੱਸ਼ ਵੀ ਲੈਂਦੇ ਹਾਂ ਇਹਦੇ ਕੋਲ ਕੀ ਚੀਜ਼ ਹੈ। ਇਹਨੇ ਕੀ ਹੈ ਆਪਣੀ ਕਮਰ ਦੇ ਵਿੱਚ ਕੀ ਆ ਬੈਡ ਦੇ ਵਿੱਚ ਕੀ ਹੈ ਛੋਟਾ ਇਹ ਕੀ ਹੈ ਪਿਸਟਲ ਪਾ ਕੇ ਲੈ ਕੇ ਆਉਂਦੇ। ਇਹ ਬਹੁਤ ਛੋਟਾ ਵੈਪਨ ਹੈ ਜੋ ਕਿ ਇਹ ਬਹੁਤ ਇਸਤੋਂ ਵੀ ਛੋਟੇ ਛੋਟੇ ਪਿਸਟਲ ਪਾਏ ਜਾਂਦੇ ਨੇ ਆਉਂਦੇ ਆ ਗੋਲੀ ਚੱਲਦੀ ਆ ਬੜੇ ਹੀ ਅਸੀਂ ਆਸਾਨੀ ਨਾਲ ਕਿਤੇ ਵੀ ਕਿਸੇ ਵਿਅਕਤੀ ਨੂੰ ਜਾ ਕੇ ਸ਼ੂਟ ਕਰ ਸਕਦੇ। ਅਗਰ ਅਸੀਂ ਇਹ ਤਲਾਸੀ ਨਾਲ ਸਾਡੇ ਕੋਲ ਇਹ ਚੀਜ਼ ਨਾ ਆਉਂਦੀ ਤਾਂ ਇਹ ਆਪਣੇ ਮਕਸਦ ਦੇ ਵਿੱਚ ਕੀ ਆ ਕਾਮਯਾਬ ਹੋ ਸਕਦਾ ਸੀ, ਲੇਕਿਨ ਹੁਣ ਕੀ ਆ ਅਸੀਂ ਇਸ ਨੂੰ ਆਪਣੇ ਗੇਟ ਉੱਤੇ ਫੜ ਲਿਆ ਗਿਆ ਹੁਣ ਇਹ ਆਪਣੇ ਮਕਸਦ ਦੇ ਵਿੱਚ ਕੀ ਕਾਮਯਾਬ ਨਹੀਂ ਹੋ ਸਕਦਾ। ਇਸ ਤਰ੍ਹਾਂ ਇਸ ਇਸ ਨਾਲ ਕਲਾਸੀ ਲੈ ਸਕਦੇ ਸਮਝ ਆਇਆ। ਯੈਸ ਸਰ। ਕੋਈ ਪੁਆਇੰਟ ਨੋ ਸਰ ਕਰ ਸਕਦੇ ਹੋ? ਯੈਸ ਸਰ। ਇਹ ਕਿਵੇਂ ਕੰਮ ਕਰਦਾ ਹੈ? ਲੱਕੜ ਨੂੰ ਰੰਦਣ ਦੇ, ਠੀਕ ਹੈ ਜੀ। ਆਹ ਦੇਖੋ, ਠੀਕ ਹੈ ਜੀ, ਲੱਕੜ ਨੂੰ ਨਹੀਂ ਕੰਮ ਕਰ ਲੈਂਦੇ ਆਉਂਦਾ, ਠੀਕ ਹੈ। ਆਹ ਕੀ ਹੈ? ਠੀਕ ਹੈ ਜੀ, ਬਲੇਡ, ਠੀਕ ਹੈ ਜੀ।
ਅਗੀ ਸਮਝ ਸਾਰਾ ਆਪਣੇ ਨਾਲ ਹੋ ਗਈ ਨਾ ਆਪਣੀ ਚੂਰੀ
ਕਿ ਆਪਾਂ ਨੇ ਕੀ ਹੈ ਗੋਲਾ ਆਪਾਂ ਕੀ ਹੈ ਮੋੜ ਦੇ ਨਾਲ